पटियाला महात्मा गांधी बुत गेट दे बाहर वार्ड नंबर 44 तो एमसी कृष्ण कुमार बुद्धू ने नगर निगम दे मेयर खिलाफ करप्ट मेयर हटाओ पटियाला ते कांग्रेस बचाओ दा मोर्चा खोल दिता है। कृष्ण कुमार बुद्धू ने पत्रकारां दे नाल गलबात करदिया पटियाला दे मेयर दे खिलाफ बोलदिया कहा कि पटियाला दे विच जिन्नियां भी नाजायज कलोनियां कट रहियां ने ते शहर दे विच जिन्नियां भी नाजायज बिल्डिंगां दीआं उसारियां होईआं ने उन्हां विच मेयर दे वल्लों घपले कीते गए ने। उन्हां अगे कहा कि नगर निगम दे मेयर नूं जल्द ही कांग्रेस तों चले जाणा चाहीदा है, नहीं तां इसदा खामियाजा कांग्रेस नूं भुगतना पै सकदा है। सरदार नवजोत सिंह सिद्धू प्रधान जिंदाबाद, कांग्रेस पार्टी जिंदाबाद, करप्ट मेयर मुर्दाबाद। ਹਾਂਜੀ ਸਰ ਦੱਸੋ ਜੇ ਤੁਸੀਂ ਬੈਠੇ ਹੋ ਗੱਲ ਦੇ ਪੁੱਤਰੇ ਕੀ ਮੰਗ ਆਪਣੇ ਕੀ ਕਰਨਾ। ਅੱਜ ਪੱਤਰਕਾਰ ਸਾਹਿਬ 9 ਅਗਸਤ 1942 ਨੂੰ ਮਹਾਤਮਾ ਗਾਂਧੀ ਜੀ ਨੇ ਇੱਕ ਨਾਰਾ ਦਿੱਤਾ ਸੀ ਅੰਗਰੇਜ਼ੋ ਭਾਰਤ ਛੋੜੋ। ਅੱਜ 9 ਅਗਸਤ 2021 ਨੂੰ ਮੈਂ ਨਾਰਾ ਦੇ ਰਿਹਾ ਮੇਅਰ ਕਰਪਟ ਮੇਅਰ ਹਿੰਦੂ ਕਰਪਟ ਮੇਅਰ ਕਾਰਪੋਰੇਸ਼ਨ ਛੱਡੋ, ਕਾਂਗਰਸ ਛੱਡੋ। ਕਾਰਨ ਕੀ? ਮੇਅਰ ਦੀ ਠੱਗੀਆਂ ਜੀ, ਮੈਂ ਤੁਹਾਨੂੰ ਪ੍ਰੈਸ ਨੋਟ ਦੇ ਰਿਹਾ, ਦੇਖੋ ਕਿੱਦਾਂ ਠੱਗੀਆਂ ਵੱਜੀਆਂ, ਕਿੱਦਾਂ ਮੰਦਰਾਂ ਦੇ ਨਿਗਾਹ ਰੱਖ ਲਈ। ਮੋਦੀ ਮੰਦਰ ਤੇ ਕਬਜ਼ਾ ਕਰ ਰਿਹਾ, ਖਰੀਦ ਲਿਆ, ਅਤੇ ਮੋਦੀ ਕਾਲਜ ਦੇ ਕੋਲ ਰਜਨੀ ਮਹੰਤ ਵਾਲਾ ਮੰਦਰ, ਇਹਦੀ ਤਾਂ ਨਿਗਾਹ ਕਾਲੀ ਮਾਤਾ ਦੇ ਮੰਦਰ 'ਤੇ ਪੈ ਗਈ, ਇਹਨੂੰ ਵੀ ਖਾ ਜਾਏਗਾ। ਬਾਗਾਂ ਦਾ ਸ਼ਹਿਰ ਸੀ ਜਿਹੜਾ ਪੱਥਰਾਂ ਦਾ ਸ਼ਹਿਰ ਬਣਾਉਂਦਾ ਆਪਣੇ ਸਵਾਰਥ ਵਾਸਤੇ, ਟੈਲਾਂ ਆਪਣੀਆਂ, ਠੇਕੇਦਾਰੀਆਂ ਆਪਣੀਆਂ, ਸਭ ਜਿੰਨੀਆਂ ਸ਼ਹਿਰ ਕਲੋਨੀਆਂ ਕੱਢੀਆਂ ਸਭ ਦੇ ਵਿੱਚ ਪਾਰਟੀਸਪੇਟ ਆ ਇਹਦਾ। ਜਿੰਨੀਆਂ ਨਜਾਇਜ਼ ਬਿਲਡਿੰਗਾਂ ਮੈਂ ਤੁਹਾਨੂੰ ਸੂਚੀ ਦੇ ਰਿਹਾ, ਇੱਕ ਸਭ ਮੇਅਰ ਸਾਹਿਬ ਦੀ ਕਿਰਪਾ ਹੈ। ਹਰ ਪਾਸੇ ਤੋਂ ਠੱਗੀ, ਸ਼ਰਾਬ ਵਿਕ ਰਹੀ ਹੈ, ਸੱਟਾ ਜੂਆ ਸਭ। ਜੇ ਵਿਕਾਸ ਕਾਰਜਾਂ ਦੀ ਗੱਲ ਕਰੀਏ ਸਰ, ਤੁਸੀਂ ਜਿਹੜੀ ਜਗ੍ਹਾ ਬੈਠੇ ਹੋ ਬੀਤੇ ਦਿਨ ਬਾਰਿਸ਼ਤਾਨ 'ਤੇ ਇਹੀ ਜਗ੍ਹਾ, ਹਾਂ ਇਹੀ ਦੇਖ ਲਓ, ਇਹ ਵਿਕਾਸ ਹੋਇਆ। ਜਦ ਤਾਂ ਇਲਾਕਾ ਐਮ ਸੀ ਵੀ ਅਤੇ ਹੋਰ ਵੀ ਕਹਿ ਰਹੇ ਸੀਗੇ ਸਾਨੇ ਵਿਕਾਸ ਕਰਿਆ, ਹੁਣ ਕੋਈ ਨਹੀਂ ਕਹਿੰਦਾ। ਮੇਅਰ ਸਾਹਿਬ ਕਹਿੰਦੇ ਵੀ ਸਾਰੇ ਐਮ ਸੀ ਸਿਰਫ ਇੱਕ ਐਮ ਸੀ ਨੂੰ ਦਿੱਕਤ ਆ, ਬਾਕੀ ਸਾਰੇ, ਹਾਂ ਬਾਕੀਆਂ ਨੂੰ ਕੋਈ ਨਹੀਂ, ਠੀਕ ਹੈ, ਬਾਕੀਆਂ ਨੂੰ ਕੋਈ ਨਹੀਂ, ਸਾਰੇ ਡਰੇ ਹੋਏ ਆ, ਆਵਾਜ਼ ਨਹੀਂ ਚੱਕ ਰਹੇ। 40 ਤੋਂ ਵੱਧ ਐਮ ਸੀ ਮੇਰੇ ਕੰਟੈਕਟ 'ਚ ਹੈ। ਬੀਤੇ ਦਿਨ ਤੁਹਾਨੂੰ ਚੇਅਰਮੈਨ ਦਾ ਅਹੁਦੇ ਤੋਂ ਉਤਾਰੇ ਗਏ, ਕੀ ਲੱਗਦਾ? ਇਹ ਮੈਨੂੰ ਇਨਾਮ ਮਿਲਿਆ ਸੱਚਾਈ ਦਾ, ਸੱਚਾਈ ਬੋਲਣ ਦਾ ਮੈਨੂੰ ਇਨਾਮ ਮਿਲਿਆ, ਮੈਂ ਖੁਸ਼ ਹੈ। ਮੇਰੀ ਆਤਮਾ 'ਤੇ ਜਿਹੜਾ ਬੋਝ ਸੀਗਾ ਉਤਰ ਗਿਆ, ਮੈਂ ਸੱਚਾਈ ਇੱਦਾਂ ਲੋਕਾਂ ਦੇ ਸਾਹਮਣੇ ਬੋਲਦਾ ਰਹਾਂਗਾ। ਮੈਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਮੈਨੂੰ ਤਾਂ ਜਨਤਾ ਪਟਿਆਲੇ ਦੀ ਜਨਤਾ ਜੋ ਹੁਕਮ ਲਾਏਗੀ ਮੈਂ ਉਹਦੇ ਨਾਲ ਖੜੇ, ਮੈਨੂੰ ਪੂਰਾ ਐਪਰੀਸ਼ੀਏਟ ਕਰ ਰਿਹਾ ਪਟਿਆਲੇ ਔਰ ਪਟਿਆਲੇ ਤੋਂ ਬਾਹਰ ਵੀ। ਐਕਸ਼ਨ ਥੋੜ੍ਹੇ ਹੁਣ ਸਿੱਧੂ ਸਾਹਿਬ ਮਿਲਣ ਤੋਂ ਬਾਅਦ ਹੀ ਹੋਇਆ ਸਾਰਾ ਐਕਸ਼ਨ, ਫਿਰ ਮੁਲਾਕਾਤ ਜੇ ਬੁਲਾਉਣਗੇ ਮੇਰਾ ਪ੍ਰਧਾਨ ਹੈ, ਮੈਂ ਵੀ ਕੋਸ਼ਿਸ਼ ਕਰਾਂ ਮਿਲਣ ਦੀ। ਮੇਰੀ ਮੰਗ ਹੈ ਕਰਪਟ ਮੇਅਰ ਨੂੰ ਹਟਾਓ, ਇਹਦੀ ਕੰਮਾਂ ਦੀ ਪੜਤਾਲ ਕਰੋ, ਮੰਦਰ ਬਚਾਓ, ਮੋਦੀ ਮੰਦਰ ਬਚਾਓ, ਮੋਦੀ ਕਾਲਜ ਦੇ ਕੋਲ ਜਿਹੜਾ ਰਜਨੀ ਮਹੰਤ ਹੈ ਉਹਨੂੰ ਇਨਸਾਫ ਮਿਲੇ। ਉਰੇ ਕਦੋਂ ਅੱਗੇ ਬੈਠੇ ਤੁਸੀਂ? ਬਸ ਸੰਕੇਤੀ ਗੜ ਘੰਟਾ ਹੋ ਗਿਆ ਜੀ, ਮੈਨੂੰ ਬੱਚੇ ਨੂੰ ਸੰਕੇਤੀ ਗੜਦਾਲ ਹੈ। ਅਗਲਾ ਸਟੈਪ ਕਿਵੇਂ ਦਊਗਾ ਤੁਹਾਡਾ ਪਾਰਟੀ? ਇਸ ਤੋਂ ਅਗਲਾ ਸਟੈਪ ਦੇਖਾਂਗਾ, ਮੈਂ ਤਾਂ ਚੱਕਦਾ ਰਹਾਂਗਾ, ਕੁਛ ਨਾ ਕੁਛ ਕਰਦਾ ਰਹਾਂਗਾ। ਤੁਹਾਡੇ ਕੋਲ ਐਲੀਗੇਸ਼ਨ ਵੀ ਲਾਏ ਸੀਗੇ ਮੰਤਰੀ ਲਾਲੀ ਜੀ ਨੇ, ਮੇਰੇ ਤੁਸੀਂ ਮਿਰਚੀ ਦਾ ਕਰੋ, ਇਹ ਐਡੇ ਜੁਰਮ ਦੇ ਮੇਰੇ 'ਤੇ ਐਲੀਗੇਸ਼ਨ ਲਾ ਤੇ, ਮੈਂ ਤਾਂ ਕਹਿੰਦਾ ਮੇਰੇ 'ਤੇ 57 ਦਾ ਮੁਕੱਦਮਾ ਸਾਬਤ ਕਰ ਦਿਓ, ਮੈਂ ਆਪਣੀ ਸਾਰੀ ਪ੍ਰੋਪਰਟੀ ਮੰਦਰ ਗੁਰਦੁਆਰੇ ਦੇ ਦਾਂਗਾ। ਉਸ ਜਿਹਨੇ ਤੋਤੇ ਨੇ ਲਾਏ ਸੀ ਐਲੀਗੇਸ਼ਨ, ਮੈਂ ਉਸ 'ਤੇ ਡਿਫਰਾਮੇਸ਼ਨ ਦਾ ਕੇਸ ਪਾ ਦਿੱਤਾ, ਅਤੇ ਆਪਣਾ ਉਹ ਆਰ ਜੇਲ੍ਹ ਭੁਗਤ ਗਿਆ ਹੈ, ਉਹ ਚੇਅਰਮੈਨ ਨਹੀਂ ਰਹਿ ਸਕਦਾ, ਉਹ ਆਰ ਜੇਲ੍ਹ ਭੁਗਤ ਗਿਆ। ਮਹਾਰਾਣੀ ਨੇ ਸਭ ਨੂੰ ਕੋਈ ਗੱਲ ਹੋਈ ਜੇ ਹਾਈਕਮਾਨ ਕੋਈ ਗੱਲ ਹੋਏ ਥੋੜ੍ਹੀ? ਨਹੀਂ, ਕਿਸੇ ਨੇ ਮੈਨੂੰ ਕੰਟੈਕਟ ਨਹੀਂ ਕਰਿਆ, ਮੈਨੂੰ ਤਾਂ ਲੋਕਾਂ ਦੇ ਜ਼ਰੂਰ ਕੰਟੈਕਟ ਹੋ ਰਹੇ ਆ, ਸਵੇਰ ਤੋਂ ਲੈ ਕੇ ਰਾਤ ਤੱਕ ਲੋਕ ਮੈਨੂੰ ਸਾਬਸ਼ ਦੇ ਰਹੇ ਆ ਵੀ ਇੱਕ ਦੀ ਤਾਂ ਆਤਮਾ ਜਾਗੀ ਹੈ ਨਾ। ਜਿਵੇਂ ਬੀਤੇ ਜਾਂਦਾ ਹੋਵੇ ਮਤਲਬ ਕਾਂਗਰਸ ਪਾਰਟੀ 'ਚ ਆਪਸ 'ਚ ਗੁੱਟਬਾਜ਼ੀ ਚੱਲ ਰਹੀ, ਜਾਂ ਤੁਸੀਂ ਸੱਚ ਬੋਲ ਰਹੇ ਜੋ ਵੀ ਆ, ਤੁਹਾਨੂੰ ਲੱਗਦਾ 2022 'ਚ ਕਾਂਗਰਸ ਵਾਪਸ ਆਊਗੀ? ਅਸੀਂ ਤਾਂ ਕਹਿੰਦੇ ਕਾਂਗਰਸ ਆਏਗੀ, ਅਸੀਂ ਤਾਂ ਕਹਿੰਦੇ ਨਵਜੋਤ ਸਿੰਘ ਸਿੱਧੂ ਕੈਪਟਨ ਸਾਹਿਬ ਦੀ ਜੋੜੀ ਕਾਂਗਰਸ ਵਾਪਸ ਲੈ ਆਏਗੀ। ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।